हाँ जी, हाँ जी, जी बिल्कुल, वो जिंदा सन। मैं कोल खड़े हाँ शाम का वक्त जदों वो फौत होए ने, तो मैं की पवेना, मैं उन्हें दुध मंगया मेरी वालदा को, एक दो घुट पार के कलमा शुरू कर दिता उन्हें। इन्हों का नाँ तो सी मूला सिंह, दूजे दादे का नाँ है फूला सिंह, तीजे का नाँ है करम सिंह। दू दादियां दी औलाद उत्थे चली गई है, एक दादे दी औलाद असीं इत्थे बैठे। वालद तों बाद मेरे फिर वालद भी फौत हो गए। अच्छा, साडा बचपन सी उदों छोटे ही सासी, 10-10, 12-12 साल दे सी सौं सेरे। फिर मेरा स्कूल जड़ा है वो मेरे तो गायब, क्योंकि कारोबार वाजदा नहीं सी चल सकदा। मां सी साडी, उस कहता जी दा नाल सर की होया अगू, अब्बा जी ए सन ना कोई होर संभालण वाला नहीं सी उहनां नूं। वो फिर इहनां ए कीता कि मतलब किसी ने खड़ के, तो वण नाल, वण दा दरख्त हुंदा है, उहदी डाणी नाल जा के चुलुंगड़ी बना के ना ते टंग चढ़े। 5 दिन वण डाणी दे उत्ते ओह टंगे रहे ने। इहने मेरे वालद साहब दी इक फुफी सी झूड़काने। अच्छा, झूड़काने दे नाल ही ओह पिंड, मैं नाँ नहीं याद आउंदा, सत्ता मरबियां दी ओह मालक सी। ओह आए ते नाँ सन धरिया फौजा सिंह मेरे वालद दा। उहनां अगे पुछिया वी फौजा सिंह कित्थे वे, इहो ते अजे वाणा टंगे आ, उहनां नूं कौन संभालदा। ओह गए जा के वेख्या ते संजा अंगूठा मूँह विच ते नौब नौब बिलकुल ठीक ठाक। मेरे वो पथरियां पथरीए चाचे के पुत्र सारे हूँ तो बड़े रोंदे ने। वो मैं कई बार गुरु नानक सिंह है ना, वो मैनू आंदा हुंदा है कि मैं आवां ना उत्थे तुहानू मिलां, मैं तुहानू सजदे करां, अज ते इन्ना कु सड़े ने। अस्सलाम वालेकुम। वालेकुम अस्सलाम रहमतुल्लाह जी। चाचा जी की हाल है? अल्लाह का शुक्र अल्हम्दुलिल्लाह। सेहत ठीक है माशाल्लाह जी? बिल्कुल ठीक है, करम है अल्लाह का। हाँ जी, वक्त गुजर रहा है। अज ना मैं तुहाडे नाल आया वा गलबात करन वास्ते, 1947 दी वंडदे वाले नाल गलबात करन। जी जी, कि उदों जिहड़ा तुहाडा पिंड इत्थे लोक किहड़े किहड़े रहिंदे सन, कौन कौन रहिंदा सी, आपस विच सिक्खां ते मुसलमानां दी सांझ किन्नी सी, किन्ना इह रल मिल के रहिंदे हुंदे सन। ਅਤੇ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਤੁਹਾਡਾ ਨਾਂ ਪੁੱਛਾਂ, ਤਾਂ ਤੁਹਾਡਾ ਨਾਂ ਕੀ ਹੈ? ਜੀ ਜੀ, ਮੇਰਾ ਨਾਮ ਜਨਾਬ ਮੁਹੰਮਦ ਸਾਦਕ ਹੈ ਜੀ। ਉਂਝ ਮੈਨੂੰ ਹਲਕੇ ਦੇ ਵਿੱਚ ਸੂਫੀ ਸਾਦਕ ਕਰਕੇ ਜ਼ਿਆਦਾ ਪੁਕਾਰਦੇ ਨੇ। ਹਾਂ ਜੀ, ਇੰਝ ਸੱਦਦੇ ਨੇ ਜੀ। ਠੀਕ ਹੈ, ਅਤੇ ਤੁਹਾਡੇ ਅੱਬਿਆਂ ਦਾ ਨਾਂ ਕੀ ਸੀ? ਉਹਨਾਂ ਦਾ ਨਾਂ ਸੀ ਗੁਲਾਮ ਮੁਹੀਉਦੀਨ। ਗੁਲਾਮ ਮੁਹੀਉਦੀਨ ਜੀ ਜੀ। ਅਤੇ ਜਿਹੜੇ ਦਾਦੇ ਹਰੀ ਸਨ? ਦਾਦੇ ਜੀ ਜਿਹੜੇ ਸਨ ਨਾ, ਉਹਨਾਂ ਦਾ ਪਹਿਲਾ ਨਾਂ ਤਾਂ ਸੀ ਮੂਲਾ ਸਿੰਘ ਜੀ, ਬਾਅਦ ਮੁਸਲਮਾਨ ਹੋਏ ਤੇ ਗੁਲਾਮ ਨਬੀ ਨਾਂ ਸੀ ਉਹਨਾਂ ਦਾ। ਫਿਰ ਨਾਂ ਤਰਿਆ ਆ ਪਾਲਟੀਸ਼ਨ ਦੌਰ ਤੋਂ ਬਾਅਦ ਫੌਤ ਹੋਏ ਨੇ। ਅੱਛਾ ਜੀ, ਆਪਣੀ ਜਿਹੜੀ ਕੌਮ ਹੈ ਤੁਹਾਡੀ, ਉਹ ਕਿਹੜੀ ਹੈ? ਉਹ ਚੀਮਾ ਬਰਾਦਰੀਆਂ ਸੀ। ਠੀਕ, ਚੀਮੇ ਜੱਟੋ ਜੀ ਜੀ। ਅਤੇ ਜਦੋਂ 1947 ਵਿੱਚ ਜਦੋਂ ਪੰਜਾਬ ਵੰਡਿਆ ਗਿਆ ਸੀ, ਉਦੋਂ ਤੁਸੀਂ ਕਿੱਡੇ ਕੁ ਹੁੰਦੇ ਸੋ? ਮੈਂ ਜਨਾਬ ਉਸ ਵੇਲੇ 7 ਸਾਲ ਮੇਰੀ ਉਮਰ ਸੀ ਜੀ। ਮੈਂ ਸਕੂਲ 2 ਕਲਾਸ ਵਿੱਚ ਪੜ੍ਹਦਾ ਸਾਂ। ਮੈਨੂੰ ਆਪਣੇ ਜਿਹੜੇ ਵੀ ਮੇਰੇ ਚਾਚੇ ਬਾਬੇ ਗਏ ਆਏ ਨੇ ਨਾ, ਉਹਨਾਂ ਦੇ ਚਿਹਰੇ ਅੱਜ ਤੱਕ ਯਾਦ ਨੇ, ਮੁਹਾਂਦਰੇ ਸਾਰੇ ਯਾਦ ਨੇ, ਜੋ ਕੁਝ ਉਦੋਂ ਪਿੰਡ 'ਚ ਹੋਇਆ ਸਾਰਾ ਯਾਦ ਹੈ ਜੀ। ਹਾਂ, ਠੀਕ। ਅਤੇ ਆਪਣਾ ਪਿੰਡ ਕਿਹੜਾ ਹੈ? ਪਰੋ ਕੇ ਚੀਮਾ ਜੀ ਜੀ। ਇਹਦੀ ਤਹਿਸੀਲ ਕਿਹੜੀ ਹੈ? ਤਹਿਸੀਲ, ਹਾਂਜੀ, ਤਹਿਸੀਲ ਵਜ਼ੀਰਾਬਾਦ ਹੈ। ਹਾਂਜੀ, ਅਤੇ ਜ਼ਿਲ੍ਹਾ? ਗੁਜਰਾਂਵਾਲਾ। ਹਾਂਜੀ, ਭਰੋਕੀ ਦੇ ਆਲੇ ਦੁਆਲੇ ਜਿਹੜੇ ਕੁਛ ਪਿੰਡ ਨੇ ਨਾ ਜੀ, ਆ ਉਹ ਕੋਈ 5-6 ਪਿੰਡਾਂ ਦੇ ਮੈਨੂੰ ਨਾਂ ਦੱਸ ਦਿਓ। ਇੱਥੇ ਜਨਾਬ ਨਜ਼ਦੀਕ ਸਾਡੇ ਇਸ ਪਾਸੇ ਇੱਥੇ ਵਾਇਆ ਵਾਲੀ ਹੈ ਦੱਖਣ ਵੱਲ। ਹਾਂਜੀ, ਅਤੇ ਉਸ ਤੋਂ ਅੰਦਰ ਜਾ ਕੇ ਨੁੱਕਰੇ ਜਾਈ ਤੇ ਕੁਲਾਰ ਹੈ, ਉਦੋਂ ਅੱਗੇ ਆ ਕੇ ਅਤੇ ਫਿਰ ਰੱਖ ਭਰੋ ਕੇ ਵੇ, ਜਿਹਨੂੰ ਟੱਕੀ ਅੱਜ ਕੱਲ੍ਹ ਦਾ ਸੱਦਿਆ ਜਾਂਦਾ ਹੈ, ਉਹ ਪਰੋ ਕੀ ਪਿੰਡ ਹੈ। ਪਰੋ ਕਹਿੰਦੀ ਰੱਖ ਸੀ ਦਰੱਖਤਾਂ ਦੀ, ਉਹਨੂੰ ਰੱਖ ਭਰੋ ਕੇ ਆਖਿਆ ਜਾਂਦਾ ਸੀ, ਅਤੇ ਟੱਕੀ ਵੀ ਦਰੱਖਤਾਂ ਦੀ ਢੱਕੀ ਆਖਿਆ ਜਾਂਦਾ। ਉਸ ਤੋਂ ਅੱਗੇ ਮਰਦੇ ਕੀ ਨਾਮ ਹੈ, ਉਸ ਤੋਂ ਅੱਗੇ ਆ ਕੇ ਢੋਣੀ ਕੀ, ਫਾਲੋ ਕੇ, ਵਡਾਲਾ, ਇਹ ਨਾਲ ਕੋਠ ਕੋਟ ਜਾਫਰੇ, ਇਹ ਸਾਹਮਣੇ ਗੁਣੀਆਂ ਵਾਲਾ ਵੇ। ਅੱਛਾ, ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਜਦੋਂ ਜਿਹੜਾ ਤੁਹਾਡਾ ਪਿੰਡ ਸੀ, ਉਹਦੇ ਵਿੱਚ ਉਦੋਂ ਕਿਹੜੀ ਕਿਹੜੀ ਜ਼ਾਤ ਬਰਾਦਰੀ ਦੇ ਕਿਹੜੇ ਕਿਹੜੇ ਮਜ਼ਹਬ ਦੇ ਲੋਕ ਰਹਿੰਦੇ ਹੁੰਦੇ ਸਨ? ਉਦੋਂ ਸਿਰਫ 2 ਬਰਾਦਰੀਆਂ ਸਨ, ਜਾਂ ਸਿੱਖ ਰਹਿੰਦੇ ਸਨ, ਖੱਤਰੀ ਰਹਿੰਦੇ ਸਨ, ਖੱਤਰੀ ਵੀ ਸਨ, ਆਪਣਾ ਵਣਜ ਬੜਾ ਕਰਦੇ ਰਹੇ ਨੇ, ਜ਼ਮੀਨਦਾਰ ਤਾਂ ਸਾਰੇ ਉਹਨਾਂ ਖਰੀਦੇ ਹੁੰਦੇ ਸਨ, ਉਸ ਤੋਂ ਇਲਾਵਾ ਜਾਂ ਸਾਡੇ ਚੀਮਾ ਬਰਾਦਰੀ ਮੁਸਲਮਾਨ ਭਰਾ, ਸਿੱਖ ਵੀ ਉਹ ਚੀਮੇ ਹੀ ਸਨ, ਉਹ ਤਾਂ ਅਲੱਗ ਬਾਤ ਹੈ, ਅਤੇ ਉਂਝ ਬਰਾਦਰੀਆਂ ਇਹ ਹੀ ਸਨ ਰਹਿਣ ਵਾਲੀਆਂ। ਜਿਹੜੇ ਤੁਸੀਂ ਦੱਸਿਆ ਸਿੱਖ ਰਹਿੰਦੇ ਸਨ ਪਿੰਡ, ਉਹ ਸਿੱਖ ਕਿਹੜੀ ਜ਼ਾਤ ਦੇ ਸਨ? ਜੱਟ ਸਨ? ਜੱਟ ਸਨ।
ਜ਼ਿਮੀਦਾਰਾ ਕਰਦੇ ਸਨ ਸਾਰੇ। ਜ਼ਾਤ ਕਿਹੜੀ ਸੀ ਉਹਨਾਂ ਦੀ? ਹਾਂ ਜ਼ਾਤ ਕਿਹੜੀ ਸੀ ਜੀ? ਜੱਟ ਚੀਮੇ ਸਨ, ਚੀਮੇ ਸਨ ਤੇ ਕਾਰੋਬਾਰ ਆਪਣਾ ਵਾਹੀ ਦਾ ਕਰਦੇ ਸਨ, ਵਾਹੀ ਦਾ ਕਰਦੇ ਸਨ। ਸਿੱਖ ਕੰਮੀ ਇੱਥੇ ਕੋਈ ਨਹੀਂ ਸੀ। ਹਾਂ ਕੰਮੀਆਂ ਦੇ ਘਰ ਬੜੇ ਨੇ, ਲੇਕਿਨ ਉਹ ਅਲੱਦਾ ਨੇ ਆਪਣੀ ਜਗ੍ਹਾ ਵੱਖਰੇ ਨੇ। ਠੀਕ ਹੈ, ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਵੱਡੇ ਸਨ, ਤੁਸੀਂ ਦਾਦੇ ਦਾ ਨਾਂ ਦੱਸਿਆ, ਜਦੋਂ ਵੰਡ ਹੋਈ ਉਦੋਂ ਤੁਹਾਡੇ ਜਿਹੜੇ ਦਾਦੇ ਹਰੀ ਸਨ ਉਹ ਹੈ ਸਨ, ਜਿਉਂਦੇ ਚੱਲਦੇ ਸਨ ਜੀ? ਬਿਲਕੁਲ ਉਹ ਜ਼ਿੰਦਾ ਸਨ, ਮੁਸਲਮਾਨ ਹੋਏ ਨੇ ਸਾਲ ਕੁ ਬਾਅਦ, ਤਕਰੀਬਨ ਮੈਨੂੰ ਪੂਰਾ ਯਾਦ ਨੇ, ਕਮੋ ਬੇਸ਼ ਸਾਲ ਕੁ ਬਾਅਦ ਮੈਂ ਕੋਲ ਖੜਿਆ ਸ਼ਾਮ ਦਾ ਵਕਤ ਹੈ ਜਦੋਂ ਉਹ ਫੌਤ ਹੋਏ ਨੇ ਜੀ, ਤੇ ਮੈਂ ਕੀ ਪਵੇਨਾ ਉਹਨਾਂ ਦੁੱਧ ਮੰਗਿਆ ਮੇਰੀ ਵਾਲਦਾ ਕੋਲੋਂ, ਇੱਕ ਦੋ ਘੁੱਟ ਪਾੜ ਕੇ ਕਲਮਾ ਸ਼ੁਰੂ ਕਰ ਦਿੱਤਾ ਉਹਨਾਂ, ਕਲਮਾ ਪੜ੍ਹਦਿਆਂ ਪੜ੍ਹਦਿਆਂ ਸ਼ਾਮ ਦਾ ਵਕਤ ਉਹਨਾਂ ਦਾ ਮੁਸਾਫਰ ਹੋ ਗਏ। ਜਿਹੜੇ ਤੁਹਾਡੇ ਦਾਦੇ ਸਨ ਉਹਨਾਂ ਦੇ ਕਿੰਨੇ ਭਰਾ ਸਨ? ਦਾਦੇ ਇਹਨਾਂ ਦੇ ਦੋ ਹੋਰ ਭਰਾ ਨੇ, ਤਰਾਵੇ ਭਰਾ ਸਨ। ਹਾਂਜੀ, ਦੂਜਿਆਂ ਦੋ ਦਾ ਕੀ ਨਾਂ ਸੀ? ਇਹਨਾਂ ਦਾ ਨਾਂ ਤੇ ਸੀ ਮੂਲਾ ਸਿੰਘ, ਦੂਜੇ ਦਾਦੇ ਦਾ ਨਾਂ ਹੈ ਫੂਲਾ ਸਿੰਘ, ਤੀਜੇ ਦਾ ਨਾਂ ਹੈ ਕਰਮ ਸਿੰਘ। ਦੋ ਦਾਦਿਆਂ ਦੀ ਔਲਾਦ ਉੱਥੇ ਚਲੀ ਗਈ ਹੈ, ਇੱਕ ਦਾਦੇ ਦੀ ਔਲਾਦ ਅਸੀਂ ਇੱਥੇ ਬੈਠੇ। ਅੱਛਾ, ਉਹ ਜਿਹੜੇ ਦੂਜੇ ਦੋ ਸਨ ਉਹਨਾਂ ਦੇ ਕੋਈ ਪੁੱਤਰ ਵੀ ਆਏ ਸਨ ਤੁਹਾਨੂੰ ਉਹਨਾਂ ਦਾ ਨਾਂ ਜੇ ਯਾਦ ਹੋਵੇ? ਜੀ ਹਾਂ, ਇਹ ਰਸ਼ਪਾਲ ਦਾ ਪੁੱਤਰ ਇੱਕ ਤੇ ਵੇ ਇਹ ਗੁਰਨਾਮ ਸਿੰਘ ਜੀ ਜੀ, ਤੇ ਦੂਜੇ ਦਾ ਨਾਂ ਨੇ ਯਾਦ, ਦੋ ਭਰਾ ਨੇ ਜੀ ਜੀ, ਤੇ ਜਿਹੜਾ ਨਾ ਆਪਣਾ ਦੀਵਾਨ ਉਹਦੇ ਪੁੱਤਰ ਦਾ ਨਾਂ ਤੇ ਮੈਨੂੰ ਆਉਂਦਾ ਹੈ, ਲੇਕਿਨ ਵਕਤ ਦੇ ਉੱਤੇ ਹੁਣ ਇਸ ਵੇਲੇ ਯਾਦ ਨਹੀਂ। ਅਤੇ ਬਲਵੀਰ ਸਿੰਘ ਦਾ ਪੁੱਤਰ ਜਿਹੜਾ ਨਾ ਉਹ ਵੀ ਇੱਕੋ ਸੀ, ਅੱਗੋਂ ਉਹਦੇ ਬੱਚੇ ਨੇ, ਪੋਤਰੀਆਂ ਦੇ ਪੋਤਰੇ ਨੇ ਉਹਦੇ। ਹਾਂ ਜੀ, ਨਸਲ ਵੱਧ ਜਾਂਦੀ ਹੈ ਜੀ। ਹਾਂ, ਜਿਹੜੇ ਤੁਹਾਡੇ ਅੱਬੇ ਹਰੀ ਸਨ, ਹਾਂ ਇਹਨਾਂ ਦਾ ਕੀ ਨਾਂ ਸੀ ਪਹਿਲਾਂ? ਇਹਨਾਂ ਨਾਂ ਪਹਿਲਾਂ ਸੀ ਫੌਜਾ ਸਿੰਘ, ਬੱਚੇ ਸਨ ਜਦੋਂ, ਹਾਂਜੀ 10-12 ਸਾਲ ਤੇ ਮੁਸਲਮਾਨ ਹੋ ਗਏ ਜੀ ਜੀ ਫੌਜ 'ਚ, ਇਹ ਬੱਚਾ ਭਰਤੀ ਹੋਏ ਸਨ ਹਾਂਜੀ ਰੰਗਰੂਟੀ, ਅਤੇ ਉੱਥੇ ਹੀ ਕਰਨਲ ਨਾਲ ਪਿਆਰ ਸੀ, ਉਹਨਾਂ ਉੱਥੇ ਹੀ ਮੁਸਲਮਾਨ ਹੋ ਗਏ। ਫਿਰ ਉਹ ਬਾਅਦ ਇਹ ਬੜਾ ਤਨਾਜ਼ਾ ਚੱਲਦਾ ਸੀ, ਬਾਪ ਦਾ ਇੱਕੋ ਇੱਕੋ ਤਾਂ ਪੁੱਤਰ ਸੀ, ਉਹ ਫਿਰ ਜ਼ਮੀਨ ਨਾ ਦੇ, ਆਖਿਰਕਾਰ ਉਹ ਮੁਸਲਮਾਨ ਹੋ ਗਏ, ਜ਼ਮੀਨ ਦੀ 21 ਕਿੱਲੇ ਰਕਬਾ ਜਿਹੜਾ ਉਹਨਾਂ ਨੇ ਦੇ ਦਿੱਤਾ, ਇਹਨਾਂ ਦੇ ਨਾਂ ਹੋ ਗਿਆ। ਅਤੇ ਆਪਣੇ ਵਾਲਦ ਤੋਂ ਬਾਅਦ ਮੇਰੇ ਫਿਰ ਵਾਲਦ ਵੀ ਫੌਤ ਹੋ ਗਏ। ਅੱਛਾ, ਸਾਡਾ ਬਚਪਨ ਸੀ ਉਹ ਛੋਟੇ ਸਾ ਸੀ, 10-10, 12-12 ਸਾਲ ਦੇ ਅਸੀਂ ਸੌ ਸਵੇਰੇ, ਜਿੱਥੇ ਸਾਡੇ ਵਾਲਦ ਫੌਤ ਹੋ ਗਏ ਨੇ ਜੀ। ਫਿਰ ਮੇਰਾ ਸਕੂਲ ਜਿਹੜਾ ਹੈ ਉਹ ਮੇਰੇ ਤੋਂ ਗਾਇਬ, ਕਿਉਂਕਿ ਕਾਰੋਬਾਰ ਵਾਜਦਾ ਨਹੀਂ ਸੀ ਚੱਲ ਸਕਦਾ, ਮਾਂ ਸੀ ਸਾਡੀ, ਉਸ ਕਿਹਾ ਵੀ ਕੌਣ ਚਲਾਏ, ਫਿਰ ਇੱਕ ਬੰਦਾ ਨਾਲ ਰੱਖ ਲੈਣਾ ਕਿ ਬਾਈ ਦਾ ਕਾਰੋਬਾਰ ਆਪਣਾ ਕਰਦੇ ਰਹੇ ਹਾਂ। ਉਸ ਤੋਂ ਬਾਅਦ ਮੈਂ 21-22 ਸਾਲ ਅੱਜ ਤੱਕ ਮਕੈਨਿਕ ਰਿਹਾ। ਜਿੰਨੇ ਹਲਕੇ 'ਚ ਇਹਨਾਂ ਪਿੰਡਾਂ ਨੇ ਮੈਂ ਨਾਂ ਦੱਸੇ ਨੇ, ਜਿੰਨੇ ਇੰਜਣ ਸਾਰੇ 70 ਇੰਜਣ ਮੇਰੀ ਕਸਰੀ ਸਨ। ਫਿਰ ਕੀ ਬਣਿਆ ਸੀ ਉਹ, ਕਿਵੇਂ ਇੱਥੇ ਰਹਿ ਗਏ? ਉਹ ਮੇਰੇ ਵਾਲਦ ਇਹ ਮੁਸਲਮਾਨ ਜੋ ਸਨ, ਹਾਂਜੀ ਇਹ ਤਾਂ ਨਹੀਂ ਸਨ ਜਾ ਸਕਦੇ ਫਿਰ, ਕਿਉਂਕਿ ਪਾਰਟੀਆਂ ਦੇ ਦੌਰ ਤੋਂ ਕਈ ਸਾਲ ਪਹਿਲਾਂ ਤਾਂ ਮੇਰੇ ਵਾਲਦ ਮੁਸਲਮਾਨ ਨੇ, ਹਾਂਜੀ ਦਾਦਾ ਮੇਰਾ ਪਾਰਟੀਸ਼ਨ ਹੀ ਮੁਸਲਮਾਨ ਹੋਇਆ। ਅੱਛਾ ਅੱਛਾ, ਠੀਕ, ਸਮਝਾ ਕੇ ਜੇ ਨਾ, ਅਤੇ ਉਹ ਤਾਂ ਨਹੀਂ ਸਮਝ ਜਾ ਸਕਦੇ, ਕਿਉਂਕਿ ਫਿਰ ਉਹ ਪਾਰਟੀਸ਼ਨ ਦੇ ਦੌਰ 'ਚੋਂ ਇੱਥੇ ਰਹਿਣੇ ਮੁਸਲਮਾਨ ਸਨ, ਉਹ ਪਹਿਲੇ ਪੁਰਾਣੇ ਛੋਟਿਆਂ ਦੀ ਹੋ ਗਏ ਸਨ। ਹਾਂਜੀ, ਤੁਹਾਡੇ ਜਦੋਂ ਅੱਬਾ ਜੀ ਨਿੱਕੇ ਹੁੰਦੇ ਸਨ ਤੇ ਇਹਨਾਂ ਦੀ ਅੰਮੀ ਜਿਹੜੀ ਹੈ, ਤੁਹਾਡੀ ਜਿਹੜੀ ਦਾਦੀ ਸੀ, ਉਹ ਕਿੰਨਾ ਕੁ ਚਿਰ ਤੱਕ ਇਹਨਾਂ ਦੇ ਨਾਲ ਜਿਉਂਦੀ ਰਹੀ ਸੀ? ਉਹ ਇਹ ਪੈਦਾ ਹੋਏ ਹੀ ਨੇ ਨਾ, ਇੱਕ ਦਿਨ ਜ਼ਿਆਦਾ ਤੋਂ ਜ਼ਿਆਦਾ ਜ਼ਿੰਦਾ ਰਹਿ ਸਕੀ, ਉਸ ਤੋਂ ਬਾਅਦ ਦਾਦੀ ਸਾਡੀ ਉਸੇ ਸਿੱਖ ਮਜ਼ਹਬ ਦੇ ਵਿੱਚ ਹੀ ਫੌਤ ਹੋ ਗਈ ਸੀ। ਫਿਰ ਅੱਗੋਂ ਅੱਬਾ ਜੀ ਦੇ ਨਾਲ ਫਿਰ ਕੀ ਹੋਇਆ? ਅੱਬਾ ਜੀ ਇਹ ਸਨ ਨਾ, ਕੋਈ ਹੋਰ ਸੰਭਾਲਣ ਵਾਲਾ ਨਹੀਂ ਸੀ ਉਹਨਾਂ ਨੂੰ, ਉਹ ਫਿਰ ਇਹਨਾਂ ਇਹ ਕੀਤਾ ਕਿ ਮਤਲਬ ਕਿਸੇ ਨੇ ਖੜ ਕੇ ਤੇ ਵਣ ਨਾਲ, ਵਣ ਦਾ ਦਰਖਤ ਹੁੰਦਾ ਉਹਦੀ ਡਾਹਣੀ ਨਾਲ ਜਾ ਕੇ ਝੁਲੂੰਗੜੀ ਬਣਾ ਕੇ ਨਾ ਤੇ ਟੰਗ ਛੜੇ, 5 ਦਿਨ ਵਣ ਦੀ ਡਾਹਣੀ ਦੇ ਉੱਤੇ ਉਹ ਟੰਗੇ ਰਹੇ ਨੇ। ਇਹਨੇ ਮੇਰੇ ਵਾਲਦ ਸਾਹਿਬ ਦੀ ਇੱਕ ਫੁੱਫੜੀ ਸੀ ਝੂੜਖਾਨੇ, ਝੂੜਖਾਨੇ ਦੇ ਨਾਲ ਹੀ ਉਹ ਪਿੰਡ, ਮੈਨੂੰ ਨਾਂ ਨਹੀਂ ਯਾਦ ਆਉਂਦਾ, 7 ਮਰਬਿਆਂ ਦੀ ਉਹ ਮਾਲਕ ਸੀ। ਉਹ ਆਏ ਤੇ ਨਾਂ ਸਨ ਧਰਿਆ ਫੌਜਾ ਸਿੰਘ ਮੇਰੇ ਵਾਲਦ ਦਾ, ਉਹਨਾਂ ਅੱਗੇ ਪੁੱਛਿਆ ਵੀ ਫੌਜਾ ਸਿੰਘ ਕਿੱਥੇ ਵੇ, ਇਹੋ ਤੇ ਅਜੇ ਵਾਲਣਾ ਟੰਗਿਆ, ਉਹਨਾਂ ਨੂੰ ਕੌਣ ਸੰਭਾਲਦਾ? ਉਹ ਗਏ ਜਾ ਕੇ ਵੇਖਿਆ ਤੇ ਸੰਜਾ ਅੰਗੂਠਾ ਮੂੰਹ ਵਿੱਚ ਤੇ ਨੋਬ ਨੋ ਬਿਲਕੁਲ ਠੀਕ ਠਾਕ ਤਾਜ਼ਾ ਸਿਹਤ ਫਸਟ ਕਲਾਸ। ਫਿਰ ਫੁੱਫੀ ਜਾ ਕੇ ਪਾ ਲਿਆ, ਫੁੱਫੀ ਤਰਲੇ ਬੜੇ ਕੀਤੇ ਨੇ ਭਰਾਵੇ ਨਾਲ ਬਰਾਬਰ, ਜ਼ਮੀਨ ਵੀ ਲੈ ਇੱਥੇ ਰਹੋ, ਉਹਦਾ ਕਿ ਫੁੱਫੀ ਮੈਂ ਰਹਿ ਨਹੀਂ ਸਕਦਾ, ਰੰਗਰੂਟੀ ਜਾ ਕੇ ਭਰਤੀ ਹੋ ਗਏ ਫੌਜ 'ਚ, ਉੱਥੇ ਫਿਰ ਮੁਸਲਮਾਨ ਹੋ ਗਏ ਨੇ ਬਚਪਨ ਦੇ, 10-12 ਸਾਲ ਦੇ ਬਾਅਦ ਉਹ ਮੁਸਲਮਾਨ ਹੋ ਗਏ। ਅੱਛਾ, ਠੀਕ, ਫਿਰ ਉਹਨਾਂ ਨੂੰ ਵੰਡੇ ਨੇ ਸਾਰਾ ਆਪਣੀ ਜ਼ਮੀਨ ਜਾਇਦਾਦ ਲੱਭ ਗਈ ਜਾਂ ਫਿਰ ਬਾਅਦ ਜੋ ਦਾਦਾ ਮੇਰੇ ਜੋ ਰਹਿ ਗਏ ਮੁਸਲਮਾਨ ਹੋ ਗਏ, ਉਹਨਾਂ ਆਖਿਆ ਮੇਰਾ ਇਕਲੌਤਾ ਪੋਤਾ, ਮੈਂ ਸੋਚ ਨਰਾਜ਼ ਹਾਂ, ਹੁਣ ਮੈਂ ਵੀ ਦੀਨ 'ਚ ਆ ਗਿਆ, ਉਹ ਫਿਰ ਉਹਨਾਂ ਜਾ ਕੇ ਵਿਆਹ ਦੇ ਜ਼ਮੀਨ 'ਤੇ ਅੱਗੇ ਫਿਰ ਇਹਨੂੰ ਉਹ ਲੱਭਣੀ ਸੀ।
ਤੁਹਾਨੂੰ ਜੇ ਯਾਦ ਹੋਏ ਤਾਂ ਜਿਹੜੀ ਤੁਹਾਡੀ ਅੱਬੇ ਹਰਾਂ ਦੀ ਜਿਹੜੀ ਫੁੱਫੀ ਸੀ, ਉਹ ਕਿੰਨਾ ਚ ਵਿਆਹੀ ਸੀ ਉੱਥੇ? ਉਹ ਚੂੜਕਾਣੇ ਦੇ ਕੋਲ ਪਿੰਡ, ਮੈਨੂੰ ਨਾਂ ਨਹੀਂ ਉਹਦਾ ਯਾਦ। ਵਿਆਹੀ ਕਿੰਨਾ ਇੰਚ ਸੀ, ਵਿਰਕਾ ਇੰਚ ਸੀ ਕਿ ਜਾਂ ਫਿਰ? ਹਾਂ, ਵਿਆਹੀ ਵਿਰਕਾ ਇੰਚ ਸੀ ਕਿ ਜਾਂ ਫਿਰ ਕਿਸੇ ਹੋਰ ਜਾਤ? ਨਹੀਂ, ਉਹ ਵਿਰਕ ਬਰਾਦਰੀ ਸੀ। ਵਿਰਕਾ ਇੰਚ ਵਿਆਹੀ ਸੀ? ਹਾਂ, ਵਿਰਕ ਬਰਾਦਰੀ ਸੀ ਉਹ। ਠੀਕ ਹੈ, ਉਹਦਾ ਨਾਂ ਕੀ ਸੀ ਤੁਹਾਨੂੰ ਯਾਦ? ਨਾਂ ਯਾਦ, ਨਾਂ ਨਹੀਂ ਯਾਦ, ਨਾਂ ਨਹੀਂ ਯਾਦ ਹੈ। ਠੀਕ, ਅੱਛਾ ਇਹ ਦੱਸੋ ਕਿ ਉਦੋਂ ਜਿਹੜਾ ਪਿੰਡ ਸੀ ਤੁਹਾਡਾ, ਇਹਦੇ 'ਚ ਸਕੂਲ ਹੈ ਸੀ ਉਦੋਂ? ਸਕੂਲ ਹੈ ਸੀ, ਪ੍ਰਾਇਮਰੀ ਸਕੂਲ ਸੀ। ਹਾਂਜੀ, ਮੈਂ ਪ੍ਰਾਇਮਰੀ 'ਚ ਤਮੀਲ ਤਾਲੀਮ ਪਾਈ ਹੈ। ਮੈਂ ਜਿੱਥੇ ਉੱਠ ਗਿਆ ਨਾ ਪੰਜਵੀਂ 'ਚੋਂ, ਫੌਰੀ ਬਾਅਦ ਉਦੋਂ ਮਤਲਬ ਫਿਰ ਮਿਡਲ ਹੋ ਗਿਆ। ਜੀ ਜੀ, ਮਿਡਲ ਤੋਂ ਬਾਅਦ ਫਿਰ ਕੁਝ ਅਰਸਾ ਬਾਅਦ ਇਸ ਵੇਲੇ ਅੱਲਾ ਚਾਹ ਤੇ ਹਾਈ ਸਕੂਲ ਹੈ। ਆਪਣੇ ਨਾਲ ਕੋਈ ਸਕੂਲ ਦੇ ਵਿੱਚ ਗੈਰ ਮੁਸਲਮਾਨ ਦੇ ਮੁੰਡੇ ਪੜ੍ਹਦੇ ਸਨ? ਨਹੀਂ, ਇੱਕ ਖੱਤਰੀ ਮੁੰਡਾ ਹੈ ਸੀ। ਹਾਂਜੀ, ਕੀ ਨਾਂ ਸੀ ਉਹਦਾ? ਉਹਦਾ ਨਾਂ ਭਜਨ ਸਿੰਘ ਉਹਨੂੰ ਆਉਂਦੇ ਸਨ। ਭਜਨ ਸਿੰਘ ਤੇ ਕਿਹਦਾ ਪੁੱਤਰ? ਲਾਭ ਖੱਤਰੀ ਦਾ ਪੁੱਤਰ ਸੀ ਉਹ, ਲਾਭੂ ਨਾਂ ਸੀ ਉਹਦਾ, ਉਹਦਾ ਪੁੱਤਰ ਸੀ। ਪਿੰਡ 'ਚ ਦੁਕਾਨਾਂ ਹੈ ਸਨ? ਦੁਕਾਨਾਂ ਖੱਤਰੀਆਂ ਦੀਆਂ ਸਨ, ਚੰਦ ਦੁਕਾਨਾਂ, ਆਮ ਦੁਕਾਨਾਂ ਨਹੀਂ ਸਨ, ਕਿਉਂਕਿ ਖੱਤਰੀਆਂ ਦੇ ਬਣੇ ਸੀ। ਉਹ ਕਰਜ਼ੇ ਦੇ ਛੱਡਦੇ ਸਨ ਅੱਗੋਂ, ਮਤਲਬ ਸੂਦ ਵਿਆਜ ਦੇ ਮੂਲ, ਉਹ ਵਿਆਜ ਅੱਗੋਂ ਲਾ ਲਾ ਕੇ ਜ਼ਿਮੀਦਾਰ ਤੋਂ ਨਾ ਖਰੀਦੇ ਹੁੰਦੇ ਸਨ। ਉਹ ਅੱਲਾ ਕੀਤਾ ਜਿੱਥੇ ਪਾਲੀਟੀਸ਼ਨ ਦਾ ਦੌਰ ਆਇਆ, ਉਹ ਸਾਰਾ ਕੰਮ ਮੁੱਕ ਗਿਆ। ਫਿਰ ਮੁੱਕ ਗਿਆ ਸੀ। ਤੁਹਾਨੂੰ ਯਾਦ ਹੈ ਉਹ ਦੁਕਾਨ ਵਾਲੇ ਕਿਸੇ ਬੰਦੇ ਦਾ ਨਾਂ ਯਾਦ ਹੈ ਤੁਹਾਨੂੰ? ਨਹੀਂ, ਦੁਕਾਨਾਂ ਵਾਲਿਆਂ ਵਿੱਚੋਂ ਨਹੀਂ ਯਾਦ। ਚਲੋ, ਇੱਕ ਮੇਲਾ ਖੱਤਰੀ ਏ, ਉਹਦਾ ਹੈ ਨਾਂ ਯਾਦ ਮੈਨੂੰ। ਹਾਂਜੀ ਹਾਂਜੀ, ਉਹ ਦੁਕਾਨ ਵੀ ਹੈ ਸੀ ਤੇ ਮਤਲਬ ਟਾਂਗਾ ਵੀ ਬੰਦਾ ਸੀ। ਅੱਛਾ, ਉਹ ਮੇਲਾ ਖੱਤਰੀ, ਉਹਦਾ ਨਾਂ ਯਾਦ ਹੈ ਹੁਣ ਸਾਰੇ, ਕਿਉਂਕਿ ਉਸ ਬਚਪਨ ਆਰ ਨਾਂ ਯਾਦ ਨੇ ਆਪਣੇ ਖਾਨਦਾਨ ਦੇ ਵਿੱਚ, ਤੇ ਚਲੋ ਪਤਾ ਹੀ ਹੈ ਨਾ। ਤੁਸੀਂ ਉਦੋਂ 7 ਸਾਲ ਦੇ ਸੋ, ਤੇ ਇਹ ਦੱਸੋ ਕਿ ਉਦੋਂ ਪਿੰਡ 'ਚ ਰਹਿਣ ਸਹਿਣ ਕਿੰਜਰਾ ਹੁੰਦਾ ਸੀ, ਕਿੰਨਾ ਕੁ ਵਰੀ ਵਰਤਨ ਸੀ ਮੁਸਲਮਾਨਾਂ ਦਾ ਸਿੱਖਾਂ ਦੇ ਨਾਲ ਆਪਸ ਵਿੱਚ, ਕਿੰਨਾ ਕੁ ਸੀ? ਇੱਥੇ ਬੜੇ ਸਲੂਕ ਨਾਲ ਰਹੇ ਨੇ। ਉਂਝ ਵੇਖੀਏ ਨਾ ਪਾਲੀਟੀਸ਼ਨ ਦੌਰ ਜੋ ਅਸਾਂ ਵੇਖਿਆ, ਅੱਜ ਵੀ ਆਪਾਂ ਆਸੂ ਆ ਜਾਂਦੇ ਨੇ, ਅੰਜ ਕਰਕੇ ਕੰਬ ਜਾਈਦਾ। ਇਹ ਸਾਡੇ ਕੋਲ ਨਾਰੇ ਨਾ, ਇਹਦੇ ਲਾਸ਼ਾਂ ਦੀ ਤਾਂ ਖੂਨ ਦੀ ਭਰੀ ਵਗੀ ਹੈ। ਸਾਡੇ ਪਿੰਡ ਵਿੱਚੋਂ ਜਿੰਨੇ ਗਏ ਨੇ ਪਿਆਰ ਮੁਹੱਬਤ ਨਾਲ ਟੋਰੇ ਗਏ ਨੇ, ਅਤੇ ਪਿਆਰ ਸਲੂਕ ਨਾਲ ਇਕੱਲੇ ਗਏ ਨੇ, ਆਪਣਾ ਮਾਨ ਗਏ ਨੇ, ਇੱਥੇ ਕੋਈ ਲੜਾਈ ਝਗੜਾ ਨਹੀਂ ਹੋਇਆ। ਅੱਛਾ ਚਾਚਾ, ਜਿਹੜੇ ਖੱਤਰੀ ਦੁਕਾਨਦਾਰ ਸਨ ਅਤੇ ਵੱਡੇ ਵਡੇਰੇ, ਤੁਸੀਂ ਬਾਅਦ 'ਚ ਵੀ ਮਗਰੋਂ ਵੀ ਉਹਨਾਂ ਦੀ ਗੱਲ ਸੁਣਦੇ ਰਹੇ ਹੋ, ਅਤੇ ਇਹ ਖੱਤਰੀ ਜਿਹੜੇ ਨੇ ਕਿੰਨਾ ਕੁ ਤੰਗ ਕਰਦੇ ਸਨ ਮੁਸਲਮਾਨਾਂ ਨੂੰ, ਜੱਟਾਂ ਨੂੰ? ਮੈਂ ਤੰਗ ਤਾਂ ਜੀ ਬੜਾ ਕਰਦੇ ਸਨ। ਜ਼ਿਮੀਦਾਰ ਵਾਹੀ 'ਤੇ ਜਿੰਨਾ ਕਮਾਉਂਦਾ ਸੀ ਨਾ, ਉਹ ਸਾਰਾ ਚੁੱਕ ਕੇ ਲੈ ਜਾਂਦੇ ਸਨ, ਬਕਾਇਆ ਫਿਰ ਪਿੱਛੇ ਸੂਦ ਦਰ ਸੂਦ ਹੋਇਆ ਜਾਂਦਾ ਸੀ। ਅੱਜ ਸਨ ਵਿਚਾਰੇ ਜ਼ਿਮੀਦਾਰ, ਗਰੀਬ ਲੋਕ ਸਨ, ਉਹਨਾਂ ਕੋਲ ਲਿਆ ਕੇ ਸਾਲ ਖਾਂਦੇ ਰਹਿਣਾ, ਜੋ ਕੋਈ ਕਮਾਉਣਾ ਉਹਨਾਂ ਦੇ ਵਿਹੜੇ ਘੱਲ ਛੱਡਣਾ, ਬਕਾਇਆ ਫਿਰ ਬਚਿਆ ਰਹਿਣਾ, ਉਹ ਬਕਾਇਆ ਵੱਧਦਾ ਹੀ ਰਹਿਣਾ। ਉਹ ਵਜੇ ਸਿਰੇ ਗਏ ਨੇ ਨਾ, ਉਹ ਸਾਡੇ ਦੌਰ ਤੋਂ ਪਹਿਲੂ ਛੋਟੂ ਰਾਮ ਖੱਤਰੀ ਕਾਇਆ ਗੁਜਰਾਲੇ 'ਚ। ਜੀ ਜੀ, ਉਸ ਖੱਤਰੀ ਸਾਰੇ ਜ਼ਿਲ੍ਹੇ ਦੇ ਇਕੱਠੇ ਕੀਤੇ। ਹਾਂਜੀ, ਉਹ ਸਾਰਿਆਂ ਨੂੰ ਪੁੱਛਿਆ, ਸੂਦ ਲੈਣੇ ਕਿ ਵਿਆਜ ਲੈਣੇ, ਇੱਕ ਚੀਜ਼ ਛੱਡਣੀ ਪੈਣੀ ਹੈ। ਸੂਦ ਹੁੰਦਾ ਸੀ ਥੋੜ੍ਹਾ, ਵਿਆਜ ਅਤੇ ਸੂਦ ਬੜਾ ਵਧਿਆ ਹੋਣਾ। ਉਹ ਸਕਣਾ ਜੀ ਮੈਂ ਸੂਦ ਲੈਣਾ, ਵਿਆਜ ਨਹੀਂ ਲੈਣਾ। ਉਹ ਸਕਣਾ ਜਿਹਦਾ ਵਿਆਜ ਨੂੰ ਉਹਦਾ ਸੂਦ ਕਰਦਾ। ਉਹ ਛੋਟੂ ਰਾਮ ਨੇ ਸਾਰੇ ਖੱਤਰੀਆਂ ਦਾ ਜਿੰਨਾ ਸੂਦ ਸੀ ਨਾ, ਜੋ ਕੋਈ ਬਸ ਸਾਰਾ ਖਤਮ ਕਰਾ ਛੱਡਿਆ, ਉਸ ਖਤਮ ਕਰਾਇਆ। ਮਤਲਬ ਫਿਰ ਵੀ ਇਹ ਕਰਦੇ ਰਹੇ ਨੇ ਬਾਅਦ 'ਚ, ਲੇਕਿਨ ਟੁਰ ਗਏ ਤਾਂ ਸਾਰਾ ਕੰਮ ਮੁੱਕ ਗਿਆ। ਪਰ ਇਹਦੇ 'ਚ ਇਹ ਵੇਖੇ, ਜੱਟ ਲੋਕ ਜਿਹੜੇ ਨੇ ਭਾਵੇਂ ਸਿੱਖ ਹੋਣ ਅਤੇ ਭਾਵੇਂ ਮੁਸਲਮਾਨ ਹੋਣ, ਉਹ ਅਨਪੜ੍ਹ ਸਨ ਉਸ ਵੇਲੇ, ਅਤੇ ਸਿੱਧੇ ਸਾਦੇ ਲੋਕ ਨੇ, ਇਹਨਾਂ ਦੇ ਲੋਹ ਵਿੱਚ ਹੈ ਸ਼ੈਵ ਹੈ। ਅਤੇ ਖੱਤਰੀ ਦੂ ਦੇ ਚਾਰ ਬਣਾ ਕੇ, ਚੌਂ ਦੇ ਅੱਠ, ਅੱਠ ਦੇ ਅੱਗੋਂ ਭਾਵੇਂ ਆਖਦੇ ਤੇ 72 ਬਣ ਗਏ ਨੇ, 72 ਦੇ 500 ਬਣਾ ਦਿੱਤਾ। ਇਹ ਤਾਂ ਨਹੀਂ ਸੀ ਚੱਲਦਾ ਹੈ ਜੀ, ਸਾਰਾ ਕੁਝ ਚੱਲਦਾ ਸੀ। ਹਾਂਜੀ, ਜਦੋਂ ਕਿ ਮੇਰੀ ਗੱਲ ਦੇਵੇ, ਇੱਕ ਜਿਸ ਬੰਦੇ ਨੂੰ ਪੈਸਾ ਹੀ ਪਿਆਰਾ ਨਾ, ਨਾ ਦੀਨ ਪਿਆਰਾ, ਨਾ ਖਬਰ ਹੈ, ਨਾ ਈਮਾਨ ਪਿਆਰਾ, ਨਾ ਖਬਰ ਹੈ, ਉਹਨੂੰ ਕੀ ਫਰਕ ਪੈਂਦਾ 500 ਦਾ ਆਧਾਰ ਲਿਖ ਲੈ? ਜੀ ਜੀ, ਇਹ ਤਾਂ ਈਮਾਨ ਵਾਲੇ ਲੋਕਾਂ ਨੂੰ ਡਰ ਹੁੰਦਾ ਨਾ, ਮੈਂ ਕਿਸੇ ਨਾਲ ਜ਼ਿਆਦਤੀ ਨਾ ਕਰਾਂ, ਲੇਕਿਨ ਉਹ ਜ਼ਿਆਦਤੀ ਤੋਂ ਬਾਜ਼ ਨਹੀਂ ਸਣਾ ਹੁੰਦੇ। ਪਰ ਹਾਂ ਜੀ, ਵੱਡੇ ਦੱਸਦੇ ਨੇ ਕਿ ਉਦੋਂ ਉਹਨਾਂ ਦਾ ਇੱਕੋ ਹੀ ਗੱਲ ਸੀ, ਲੈ ਲੈਣਾ ਅਤੇ ਦੇਣਾ ਨਾ। ਹਾਂ, ਉਹਨਾਂ ਦਾ ਕੰਮ ਆਪਣਾ ਸੀ। ਜੀ ਜੀ, ਉਹ ਕਰਦੇ ਵੱਡੇ ਉਦੋਂ ਦੱਸਦੇ ਨੇ ਕਿ ਇੰਝ ਹੁੰਦਾ ਰਿਹਾ। ਹਾਂ, ਕਿ ਉਹ
ਜੱਟਾਂ ਨੂੰ ਮਤਲਬ ਕਿ ਲਾਂਦੇ ਲੁੰਦੇ ਰਹਿੰਦੇ ਨੇ ਦਾਸ਼ਾ ਜੀ ਹਾਂ ਕਤਰੇ ਬੜੇ ਸੌਖੇ ਸਨ ਕਿਉਂਕਿ ਇਕੱਠਾ ਕਰ ਲੈਣਾ ਕਰ ਦੇਣਾ ਉਹਨਾਂ ਨੂੰ ਕਿਹੜਾ ਭੁੱਖ ਉਹਨਾਂ ਨੂੰ ਕਾਹਦੀ ਹੋਣੀ ਜ਼ਿਮੀਂਦਾਰ ਵਿਚਾਰੇ ਸਾਰਿਆਂ ਗਰੀਬ ਤਬਕਾ ਸੀ ਉਹਨਾਂ ਕੋਲ ਲੈ ਕੇ ਜਾਣਾ ਖਾਦਾਂ ਤਾਂ ਖਰਚ ਹੋਇਆ ਸਨ ਕੋਈ ਨਾ ਬੀ ਲਿਆਉਣਾ ਉਹਨਾਂ ਕੋਲੋਂ ਅਤੇ ਸਾਲ ਦਾ ਸੌਦਾ ਵੀ ਜਿਹੜਾ ਕੋਈ ਘਰ ਉਹ ਵੀ ਉਹਨਾਂ ਕੋਲ ਲਿਆਉਣਾ ਉਹ ਯੋਗੋ ਜੋ ਕੋਈ ਬਾਹਰ ਕਮਾਉਣਾ ਉਹ ਤੋਂ ਬਾਅਦ ਹੋਇਆ ਕਿ ਨਾ ਤਾਂ ਕੋਈ ਟਿਊਬਵੈਲ ਸਨ ਨਿਰੀ ਨਾਰ ਸੀ ਅਤੇ ਜਾਂ ਖੂਹ ਹੁੰਦੇ ਸਨ ਖੂਹ ਤਾਂ ਬੜਾ ਕੁ ਕਰੇ ਤਾਂ 5 ਕਿੱਲੇ 6 ਕਿੱਲੇ ਕਣਕ ਕੱਢ ਸਕਦਾ ਸੀ ਇਸ ਤੋਂ ਜ਼ਿਆਦਾ ਗੱਡੀ ਨਹੀਂ ਸੀ ਜਾਂਦੀ ਪੈਦਾਵਾਰ ਵੀ ਘੱਟ ਹੁੰਦੀ ਸੀ ਅਤੇ ਬੜੀ ਦੇਸੀ ਕਣਕ ਜਿਹੜੀ ਇਹ ਬੜੀ ਹੋਵੇ ਤਾਂ 2 ਮਾਣੀਆਂ ਨਹੀਂ ਤਾਂ 5 ਕਿੱਲਾ ਅੱਧੀ ਮਾਣੀ ਕਿੱਲਾ ਇਹ ਹਿਸਾਬ ਹੁੰਦਾ ਅਤੇ ਮਾਣੀ ਕਿੱਲਾ ਇਹ ਹਿਸਾਬ ਹੁੰਦਾ ਸੀ ਅਤੇ ਮਗਰੋਂ ਬੋਰਡ ਦੇ ਉੱਤੇ ਹੁੰਝਾ ਵੱਜ ਜਾਂਦਾ ਸੀ ਬਾਅਦ ਵਿੱਚ ਜਿੱਥੇ ਟਿਊਬਵੈਲ ਜਿਸ ਵੇਲੇ ਆਏ ਨੇ ਜ਼ਮੀਨਾਂ ਆਬਾਦ ਹੋਈਆਂ ਨੇ ਬੀਜ ਬਦਲ ਗਏ ਨੇ ਨਹੀਂ ਤਾਂ ਇੰਨੀ ਮਖਲੂਕ ਨੂੰ ਦੇਸੀ ਕਣਕ ਕਿੱਥੋਂ ਪੂਰੀ ਆਉਣੀ ਸੀ ਝਾੜ ਵਾਲੇ ਬੀਜ ਆ ਗਏ ਟਿਊਬਵੈਲ ਲੱਗ ਗਏ ਪਾਣੀ ਦਾ ਇੰਤਜ਼ਾਮ ਹੋ ਗਿਆ ਜ਼ਮੀਨਾਂ ਆਬਾਦ ਹੋ ਗਏ ਨੇ ਮਖਲੂਕ ਜਿਹੜੀ ਉਹ ਆਸਾਨੀ ਨਾਲ ਪਲਣਾ ਸ਼ੁਰੂ ਹੋ ਗਈ ਇਹ ਅੱਲਾਹ ਤਾਲਾ ਨੇ ਆਸਾਨੀ ਬਣਾਈ ਠੀਕ ਹੈ ਠੀਕ ਹੈ ਮਾਲਕ ਹੈ ਜਿਹਦਾ ਨਿਜ਼ਾਮ ਹੈ ਉਸ ਤੁਸੀਂ ਆਪਣੇ ਦਾਦੇ ਹਰੀ ਵੇਖੇ ਨੇ ਆਪਣੇ ਦਾਦੇ ਹਰੀ ਤੁਸੀਂ ਵੇਖੇ ਜੀ ਬੜੇ ਚੰਗੇ ਵੇਖੇ ਹਾਂ ਕਿੰਨਾ ਕੁ ਉਹਨਾਂ ਦਾ ਪਿਆਰ ਸੀ ਤੁਹਾਡੇ ਨਾਲ ਉਹਨਾਂ ਦਾ ਬੜਾ ਪਿਆਰ ਸੀ ਹਾਂਜੀ ਕਦੀ ਮੈਂ ਸਾਹਮਣੇ ਹੋਣਾ ਨਾ ਅਤੇ ਮੈਨੂੰ ਬੜੇ ਕੋਸ ਨਾਲ ਪੈਣਾ ਅਤੇ ਮੈਨੂੰ ਆਖਣਾ ਇਹ ਬੜਾ ਹੁੰਦੇ ਸਨ ਆਹਦੇ ਨੇ ਇਹ ਪੁੱਤਰਾ ਤੁਹਾਡਾ ਪਿਓ ਤਾਂ ਮੇਰਾ ਦੁਸ਼ਮਣ ਹੀ ਬਣ ਗਿਆ ਅਤੇ ਤੁਸੀਂ ਤਾਂ ਫਿਰ ਮੇਰੇ ਪੋਤਰੇ ਹੋ ਨਾ ਪਿਆਰ ਕਰਦੇ ਸਨ ਸਾਡੇ ਨਾਲ ਬੜਾ ਨਾਲੇ ਬਹੁਤਾ ਵਕਤ ਮਿਲਿਆ ਨਹੀਂ ਨਾ ਸਾਲ ਹੀ ਬਾਅਦ ਅਤੇ 7 ਸਾਲ ਮੇਰੀ ਉਸ ਉਮਰ ਤੋਂ ਫਿਰ ਜ਼ਿਆਦਾ ਟਾਈਮ ਹੀ ਨਹੀਂ ਜਿੰਨਾ ਚਿਰ ਮਿਲਿਆ ਉਹਨਾਂ ਚਿਰ ਉਹ ਪਿਆਰ ਕਰਦੇ ਸਨ ਚੰਗੇ ਸਨ ਸਿੱਖ ਹੋਣੇ ਦੇ ਬਾਵਜੂਦ ਉਹ ਕਾਫੀ ਉਹ ਪੀਂਦੇ ਸਨ ਅੱਛਾ ਅਲੱਗ ਸਿੱਖ ਉਹ ਕਾਹਨੀ ਪੀਂਦੇ ਨਹੀਂ ਪੀਂਦੇ ਹਾਂਜੀ ਇਹ ਨਾ ਦੋਵੇਂ ਜਿਹੜੇ ਮਜ਼ਹਬ ਦੇ ਲੋਕ ਨੇ ਨਾ ਉਹਨਾਂ ਨੂੰ ਇੱਕ ਦੂਜੇ ਉੱਤੇ ਇਤਰਾਜ਼ ਨਹੀਂ ਕਰਨਾ ਚਾਹੀਦਾ ਹੈ ਸਿੱਖ ਆਉਂਦੇ ਨੇ ਕਿ ਮੁਸਲਮਾਨ ਹੁੱਕਾ ਕਿਉਂ ਪੀਂਦੇ ਨੇ ਮੁਸਲਮਾਨ ਅੱਗੋਂ ਸਿੱਖਾਂ ਸ਼ਰਾਬ ਚੱਲਦੀ ਹੈ ਤੁਹਾਨੂੰ ਪਤਾ ਹੀ ਹੈ ਵੇਖੋ ਜੀ ਗੱਲ ਇਹ ਹਰ ਕਿਸੇ ਦਾ ਜਿੰਨੇ ਵੀ ਮੁਲਕ 'ਚ ਵੱਸ ਰਹੇ ਨੇ ਮਜ਼ਹਬ ਕਈ ਨੇ ਫਿਰਕੇ ਕਈ ਨੇ ਕਿਸੇ ਦੇ ਉੱਤੇ ਕੋਈ ਇਤਰਾਜ਼ ਕਰਨ ਦਾ ਕੋਈ ਕਿਸੇ ਨੂੰ ਹੱਕ ਨਹੀਂ ਜੇ ਕਿਸੇ ਦੀ ਮਾਂ ਨੂੰ ਗਾਲ ਕੱਢਾਂ ਦੇ ਕੋਈ ਭੈਣ ਦੀ ਕੱਢੇਗਾ ਨਾ ਕਿਸੇ ਨੂੰ ਬੁਰਾ ਆਖੋ ਤਾਂ ਤੁਹਾਨੂੰ ਆਖੇਗਾ ਜ਼ਰੂਰਤ ਨਹੀਂ ਜੇ ਪੇਸ਼ ਆਉਣਾ ਹੋਵੇ ਨਾ ਇਨਸਾਨ ਨੇ ਇਖਲਾਕ ਨਾਲ ਪੇਸ਼ ਆਉਣਾ ਚਾਹੀਦਾ ਅਗਰ ਕੋਈ ਗਲਤ ਬੋਲਣਾ ਸ਼ੁਰੂ ਕਰਦਾ ਮਾਜ਼ਰਤ ਕਰ ਲਓ ਪਛਾਣ ਜੋ ਕਿਉਂ ਉਹਨੂੰ ਗਲਤੀ 'ਤੇ ਨਾ ਜਾਣ ਜੋ ਨਾ ਆਪ ਗਲਤੀ 'ਤੇ ਜੋ ਕਿਉਂ ਮੁਲਕ ਦੇ ਹੱਕ ਤਾਂ ਸਾਰਿਆਂ ਦਾ ਜੀ ਭਾਵੇਂ ਕਿਸੇ ਦਾ ਕੋਈ ਵੀ ਮਜ਼ਹਬ ਹੋਵੇ ਜੀ ਉਹਨਾਂ ਦਿਨਾਂ ਦੇ ਵਿੱਚ ਕੋਈ ਮੇਲਾ ਲੱਗਦਾ ਹੁੰਦਾ ਸੀ ਪਿੰਡ 'ਚ ਜੀ ਬੜਾ ਨਹੀਂ ਸਾਡੇ ਪਿੰਡ ਵਿੱਚ ਮੇਲਾ ਤਾਂ ਨਹੀਂ ਛੋਟਾ ਜਿਹਾ ਬਾਬਾ ਸ਼ਾਹ ਕਮਾਲ ਦਰਬਾਰ ਹੈ ਉੱਥੇ ਭਗੋ ਖਤਮ ਸ਼ਬਦ ਦੁਆਇਆ ਜਾਂਦਾ ਸੀ ਪੂਰਾ ਜਿਹਾ ਮੇਲਾ ਇੰਨਾ ਹੀ ਲੱਗਦਾ ਸੀ ਉਦੋਂ ਬਾਵੇਂ ਸਨ ਸਾਡੇ ਨਾਲ ਪਿੰਡ ਦੇ ਉਹਨਾਂ ਜਨਾਬ ਮਾਲੀ ਰੱਖੀ ਹੁੰਦੀ ਸੀ ਯਾਨੀ ਜਿਹੜਾ ਜਿੱਤ ਜੇ ਉਹਨੂੰ ਪਗੜੀ ਦੇਣੀ ਅਤੇ ਇਨਾਮ ਵੀ ਦੇਣਾ ਬਾਵਿਆਂ ਨੇ ਉਦੋਂ ਘੋਲ ਬੌਰਿਆਂ ਦੇ ਮਰਾਸੀ ਹੁੰਦੇ ਹਨ ਉਹ ਵੀ ਉੱਥੇ ਘੋਲ ਉੱਥੇ ਬਾਬਾ ਸ਼ਾਹ ਕਮਾਲ ਘੋਲ ਹੁੰਦੇ ਸਨ ਉਸ ਵੇਲੇ 'ਚ ਤੋ ਅਸੀਂ ਛੋਟੇ ਤੋਂ ਉਹਨਾਂ ਦਾ ਨਾਵਾਂ ਦਾ ਤਾਂ ਸਾਨੂੰ ਨਹੀਂ ਪਤਾ ਇੰਨਾ ਪਤਾ ਬੌਰਿਆਂ ਦੇ ਮਰਾਸੀ ਸਨ ਹੋਰ ਵੀ ਪਿੰਡਾਂ ਦੇ ਲੋਕ ਆਉਣੇ ਫਿਰ ਪਿੰਡ ਤੋਂ ਇਲਾਵਾ ਸਾਡੇ ਕੋਲ ਜਿੱਥੇ ਬੈਠੇ ਹਾਂ ਨਾਲ ਜਾਫਰਕੋਟ ਇੱਥੇ ਬੜਾ ਵੱਡਾ ਮੇਲਾ ਲੱਗਦਾ ਹੈ ਅੱਛਾ ਆਪਣੇ ਇਲਾਕੇ ਦੇ ਵਿੱਚ ਕੋਈ ਉਸ ਵੇਲੇ ਡਾਕੂ ਆਇਆ ਸੀ ਮਸ਼ਹੂਰ ਚੋਰ ਬੈਂਕਿਆਂ 'ਚ ਹਜ਼ਾਰਾ ਸਿੰਘ ਸੀ ਉਹ ਚੋਰੀ ਦਾ ਕੰਮ ਕਰਦਾ ਸੀ ਬੜਾ ਵਧਿਆ ਸੀ ਉਹ ਹੀ ਮਾਲ ਕਿਹਾ ਖੋਲ ਨਾ ਖੋਲ ਨਾ ਖੋਲੇ ਤੁਸੀਂ ਉਹਨੂੰ ਕਦੀ ਵੇਖਿਆ ਸੀ ਜਾਣੇ ਹਜ਼ਾਰਾ ਸਿੰਘ ਨੂੰ ਇੱਕ ਵਾਰੀ ਉਹਦੀ ਝਲਕ ਪਈ ਹੈ ਬਚਪਨ 'ਚ ਸਾਡੇ ਡੇਰੇ 'ਤੇ ਨਾ ਸਾਡੇ ਇਹਨਾਂ ਸਿੱਖਾਂ ਕੋਲ ਉਹਦਾ ਆਉਣ ਜਾਣ ਸੀ ਛੋਟੇ ਜਿਹੇ ਕੱਦ ਦਾ ਸੀ ਕਾਲੇ ਜਿਹੇ ਰੰਗ ਦਾ ਇੰਨਾ ਉਹਦਾ ਮੈਨੂੰ ਪਤਾ ਹੈ ਘੋੜੀ 'ਤੇ ਆਇਆ ਇਹਨੂੰ ਕੋਈ ਝਲਕ ਹੀ ਪਈ ਹੈ ਤੁਹਾਨੂੰ ਕਿਸੇ ਨੇ ਫਿਰ ਉਸ ਵੇਲੇ ਦੱਸਿਆ ਕਿ ਆਹ ਬੱਚਾ ਸਾਹਿਬ ਮੇਰੇ ਨੂੰ ਉਹਦੀ ਗੱਲ ਕੀ ਹੋਣੀ ਸੀ ਅੰਮੀ ਨੇ ਤੁਹਾਨੂੰ ਵੀ ਕਦੀ ਆ ਕੇ ਸਮਾਇਆ ਸੀ ਕਿ ਪੁੱਤਰ ਸੌਂਜਾ ਨਹੀਂ ਤਾਂ ਜ਼ਰਾ ਆ ਜਾਏਗਾ ਨਹੀਂ ਐਸਾ ਮੇਰੇ ਨਾਲ ਕੁਝ ਨਹੀਂ ਹੋਇਆ ਮੇਰੀ ਵਾਲਦਾ ਨੇ ਐਸਾ ਨਹੀਂ ਕੀਤਾ ਮੈਂ ਸੁਣਿਆ ਕਿ ਕਈ ਪਿੰਡਾਂ ਦੇ ਵਿੱਚ ਨਾ ਡਰਾਉਂਦੇ ਸਨ ਕਿ ਪੁੱਤਰ ਸੌਂਜਾ ਨਹੀਂ ਤਾਂ ਜ਼ਰਾ ਆ ਜਾਏ ਮੇਰੇ ਵਾਲਦਾ ਸਨ ਨਾ ਅੱਲਾ ਜਨਮ ਸੀਮ ਕਰੇ ਪਿੰਡ ਦੇ ਵਿੱਚ ਸੈਂਕੜੇ ਬੱਚੇ ਨੇ ਜਿਨ੍ਹਾਂ ਨੂੰ ਉਹਨਾਂ ਕੁਰਾਨ ਦੀ ਤਾਲੀਮ ਦਿੱਤੀ ਹੈ ਮੇਰੇ ਨਾਨਕੇ ਨੇ ਇਹ ਠੱਟਾ ਚੌਧਰੀਆਂ ਦਾ ਸਾਡੇ ਪਿੰਡ ਚੜ੍ਹਦੇ ਪਾਸੇ ਠੱਟੇ ਵਾਲੀ ਬੋਹਰ ਸੀ ਉਹਨੂੰ ਠੱਟੇ ਵਾਲੀ ਕਿਉਂ ਆਉਂਦੇ ਸਨ ਮੇਰਾ ਨਾਨਾ ਸੀ ਚੋਰੀ ਰਮਤ ਖਾਂ ਠੱਟੇ ਆ ਕੇ ਉਸ ਬੋਹਰ ਥੱਲੇ ਬਹਿ ਕੇ ਉਹ ਫੈਸਲੇ ਕਰਦਾ ਹੁੰਦਾ ਸੀ ਪਰੋਕਿਆਂ ਦੇ ਨਫ਼ਰ ਆਪਣਾ ਘੋੜੀ ਆਪਣੀ ਅਤੇ ਉਹਨੂੰ ਠੱਟੇ ਵਾਲੀ ਬੋਹੜ ਹੀ ਆਖਿਆ ਜਾਂਦਾ ਸੀ ਮੇਰੀ ਵਾਲਦਾ ਜਿਹੜੇ ਨਾ ਇਹਨਾਂ ਦਾ ਪਰੋਕ ਹੀ ਪਰਲਾ ਪਾਸਾ ਜਿਹੜਾ ਚੜ੍ਹਦਾ ਪਾਸਾ ਉਹ ਨਾਨਕਾ ਪਿੰਡ ਹੈ ਠੀਕ ਮੇਰੇ ਇੱਥੇ ਮਾਮੂ ਵੀ ਨੇ ਜਿਹੜੇ ਮੇਰੀ ਮਾਂ ਦੇ ਸੱਕੀ ਫੁੱਫੀ ਦੇ ਪੁੱਤਰ ਨੇ ਉਹਨਾਂ ਦਾ ਇੱਕ ਪੁੱਤਰ ਜਿਹੜਾ ਨਾ
ਸਾਡੇ ਮਾਮੇ ਦਾ ਫਜ਼ਲ ਲੈਂਦਾ ਉਹ ਇੱਥੇ ਆ ਐਸੂ ਹੈ ਨਾ ਤਾਂ ਇੱਥੇ ਬੋਰਡ ਹੈ, ਬੋਰਡ ਉਹਦੀ ਜ਼ਮੀਨ 'ਚ ਉਹ ਆ ਪਿਛਲੇ ਸਾਲ ਦੇ ਹੋ ਗਿਆ ਵਿਚਾਰਾ ਫੌਤ ਹੋ ਗਿਆ, ਦੂਜੇ ਸਾਡੇ ਮਾਮੇ ਪੁੱਤਰ ਦੇ ਠੀਕ ਠਾਕ ਨੇ, ਇੱਥੇ 22 ਕਿੱਲੇ ਜ਼ਮੀਨ ਹੈ ਉਹਨਾਂ ਦੀ। ਉਦੋਂ ਪਿੰਡ ਦੇ ਨੰਬਰਦਾਰ ਕਿੰਨੇ ਹੁੰਦੇ ਸਨ? 4-5 ਹੀ ਨੰਬਰਦਾਰ ਸਨ। ਨੰਬਰ ਗੁਲਾਮ ਇੱਧਰ, ਮੁਹੰਮਦ ਖਾਂ, ਸ਼ਰੀਫ ਲੰਬੜ ਤੇ ਸਤਾਰ ਲੰਬੜ, ਇਸ ਕਰਕੇ 4-5 ਨੰਬਰ ਅੱਛਾ ਵਰੀਵਰਤਨ ਸਿੱਖਾਂ ਦਾ ਮੁਸਲਮਾਨਾਂ ਦਾ ਕਿੰਨਾ ਕੁ ਹੁੰਦਾ ਸੀ ਇੱਥੇ? ਸਿੱਖ ਤੇ ਮੁਸਲਮਾਨ ਨਿਸਬ ਸਨ, ਜਿੰਨੇ ਚੀਵੇਂ ਸਿੱਖ ਸਨ ਓਨੇ ਚੀਵੇਂ ਸਾਡੇ ਮੁਸਲਮਾਨ। ਵਿਆਹਾਂ ਸ਼ਾਦੀਆਂ ਤੇ ਸਾਦੇ ਕੋ ਆਉਂਦੇ ਸਨ ਇੱਕ ਦੂਜੇ? ਜੀ ਹਾਂ, ਉਹ ਮਿਲਦੇ ਗਿਲਦੇ ਸਨ। ਹੋਰ ਬਰਾਈ ਸਾਡੇ ਕੋਲ ਇੱਥੇ ਆ ਜੋੜਿਆਂ ਦੇ ਖੁਦ ਮੁਹੰਮਦ ਸਿੰਘ ਜੋੜਾ, ਚਾਚਾ ਗੁਲਾਮ ਕਦਰ ਜੋੜਾ, ਚਾਚਾ ਯਾਦ ਜੋੜਾ, ਚਾਚਾ ਸੋਭਾ ਜੋੜਾ, ਇਹ ਸਭ ਉਦੋਂ ਦੀ ਵਰਤਣਾ ਸਨ ਸਾਰੀਆਂ। ਇਹਨਾਂ ਦੇ ਚਾਚੇ ਮੇਰੇ ਉਹਨਾਂ ਦੇ ਬੜੇ ਪਿਆਰ ਵਾਲੇ ਸਨ। ਅੱਛਾ, ਫਿਰ ਜਦੋਂ ਵੰਡ ਹੋਈ ਸੀ ਤੇ ਉਦੋਂ ਪਿੰਡ ਦੇ ਉੱਤੇ ਕੋਈ ਹਮਲਾ ਹੋਇਆ ਸੀ ਕਿਸੇ ਨੇ ਆ ਕੇ ਤੇ ਸਿੱਖਾਂ ਨੂੰ? ਨਹੀਂ, ਐਸਾ ਇੱਥੇ ਕੁਝ ਨਹੀਂ ਹੋਇਆ, ਨਹੀਂ ਹੋਇਆ। ਖੌਫ ਹੁੰਦਾ ਸੀ ਇੰਨਾ ਮੈਨੂੰ ਪਤਾ ਹੈ, ਰਾਤ ਨੂੰ ਲੋਕ ਸੁੱਤੇ ਉੱਠ ਪੈਂਦੇ ਸਨ, ਖੌਫ ਦਾ ਰਾਸ ਬੜਾ ਸੀ। ਉਹ ਸਾਡੇ ਪਿੰਡ ਅੱਲਾ ਦੇ ਫਜ਼ਲ ਕਿਉਂ ਸਾਡੇ ਕੋਲੋਂ ਜਿਹੜੇ ਚੀਵੇਂ ਸਿੱਖ ਗਏ ਨੇ ਨਾ ਉਹਨਾਂ ਨੂੰ ਸਾਰਿਆਂ ਪਿਆਰ ਨਾਲ ਵਿਦਿਆ ਕੀਤਾ ਹੈ। ਇੱਥੇ ਕੋਈ ਨਾ ਬਗਾਵਤ ਪਈ ਹੈ, ਨਾ ਕੋਈ ਇੱਥੇ ਹਮਲਾ ਬਾਹਰੋਂ ਹੋਇਆ, ਕੋਈ ਗਰਜ਼ ਹੀ ਨਹੀਂ ਸੀ ਕਿਸੇ ਦੀ। ਉਹ ਹਮਲਾ ਤਾਂ ਹੁੰਦਾ ਜੇ ਪਿੰਡ ਵਾਲੇ ਸਿੱਖ ਸਨ ਉਹਨਾਂ ਨੂੰ ਕੋਈ ਤੰਗ ਕਰਦਾ, ਉਹਨਾਂ ਨੂੰ ਕੋਈ ਮਾਰਦਾ, ਫਿਰ ਬਾਹਰੋਂ ਹਮਲੇ ਹੁੰਦੇ ਨੇ, ਜਦੋਂ ਇਤਰਾਮ ਨਾਲ ਹੀ ਉਹਨਾਂ ਨੂੰ ਤੋੜ ਦਿੱਤਾ। ਤੁਹਾਡੇ ਜਿਹੜੇ ਦਾਦੇ ਰਾਂ ਦੇ ਭਰਾ ਸਨ, ਤੁਹਾਨੂੰ ਯਾਦ ਹੈ ਉਹ ਜਾਂਦੀਆਂ ਰਾਂ ਇਹਨਾਂ ਨੂੰ ਖੀਰਲੀ ਰਾਂ ਮਿਲ ਕੇ ਗਏ ਸਨ? ਜਾਂਦੀ ਹੈ ਜੀ, ਹਾਂਜੀ, ਬਿਲਕੁਲ ਸਾਰਿਆਂ ਨੂੰ ਮਿਲ ਕੇ ਗਏ ਨੇ, ਉਹ ਕਿਸੇ ਤੋਂ ਵੀ ਨਸ ਰੁਸ ਕੇ ਰਿੰਝ ਨਹੀਂ ਗਏ। ਉਹ ਮਿਲ ਕੇ ਕਿਉਂ, ਇੱਕ ਜੁਦਾਈ ਪੈਣੀ ਹੋਵੇ ਤਾਂ ਰਿੰਝਗੀਆਂ ਖਤਮ ਹੋ ਜਾਂਦੀਆਂ। ਹਾਂਜੀ ਹਾਂਜੀ ਬਿਲਕੁਲ, ਰਿੰਝਗੀਆਂ ਸਾਡੀਆਂ ਹੈ ਸਨ ਆਪਸ 'ਚ, ਕਿਉਂ ਜੋ ਸਾਡਾ ਬਾਪ ਮੁਸਲਮਾਨ ਸੀ ਤੋ ਰਾਜ਼ੀ ਤਾਂ ਨਹੀਂ ਸਨ, ਪਰ ਜਿਸ ਵੇਲੇ ਇਹ ਕੰਮ ਹੋਇਆ ਨਾ ਫਿਰ ਰਿੰਝਗੀਆਂ ਤਾਂ ਕੀ ਕਿਸੇ ਨੂੰ ਯਾਦ ਰਹਿਣੀਆਂ, ਆਪੋ ਆਪਣੀਆਂ ਜਾਨਾਂ ਦੀ ਪੈ ਗਈ, ਪਰ ਫਿਰ ਰਿੰਝਗੀਆਂ ਕੋਈ ਨਹੀਂ, ਫਿਰ ਇੱਕ ਦੂਜੇ ਨੂੰ ਮਿਲੇ ਗੇੜੇ ਨੇ ਸਾਰੇ ਮਿਲ ਕੇ ਮਾੜਾ ਮੋਟਾ ਰੋਜ਼ਾ, ਬਿਲਕੁਲ ਫਿਰ ਕੋਈ ਇੱਕ ਦੂਜੇ ਨੂੰ ਨਾਰਾਜ਼ ਨਹੀਂ ਰਹੇ ਆ, ਉਹ ਵਕਤ ਹੀ ਆ। ਜਦੋਂ ਮਿਲੇ ਸਨ ਤੇ ਰੋਏ ਵੀ ਸਨ ਇੱਕ ਦੂਜੇ ਨੂੰ ਮਿਲ ਕੇ ਉਦੋਂ? ਜੀ ਬਿਲਕੁਲ ਸਰ, ਵੇਖੋ ਜੀ ਦਿਲ ਜਿਹੜਾ ਜਿਸੇ ਵਿਛੋੜੇ ਪੈਂਦੇ ਨੇ ਰੋਣੇ ਤੋਂ ਸੁਹਾਉਣਾ ਕੀ ਹੁੰਦਾ, ਇਹ ਦੁੱਖ ਦਰਦ ਤੇ ਫਿਰ ਪਹੁੰਚਦਾ ਨਾ, ਪਤਾ ਹੁੰਦਾ ਵੀ ਫਿਰ ਅਸੀਂ ਮਿਲਣਾ ਹੀ ਨਹੀਂ, ਕਦੀ ਇਹ ਕੰਮ ਨਹੀਂ ਹੋਣਾ ਤੇ ਫਿਰ ਇਹ ਚੀਜ਼ਾਂ ਤੇ ਆ ਜਾਂਦੀਆਂ ਨੇ। ਇਹ ਜਿਹੜੇ ਦਾਦੇ ਹਰੀ ਨੇ ਉਦੋਂ ਫਿਰ ਮਗਰੋਂ ਪਰਤ ਕੇ ਆਪਣੇ ਭਰਾਵਾਂ ਨੂੰ ਕਿੰਨਾ ਕੁ ਯਾਦ ਕਰਦੇ ਹੁੰਦੇ ਸਨ? ਨਹੀਂ, ਯਾਦ ਤੇ ਭਰਾਵਾਂ ਨੂੰ ਕਰਦੇ ਸਨ, ਲੇਕਿਨ ਬੇਬਸੀ ਦਾ ਮੁਕਾਮ ਹੈ ਨਾ, ਉਹ ਇੱਥੇ ਰਹਿ ਗਏ, ਉੱਥੇ ਟੁਰ ਗਏ, ਇੱਕ ਬਾਰਡਰ ਆ ਗਿਆ ਵਿੱਚ ਤੇ ਫਿਰ ਮਿਲਣਾ ਤਾਂ ਕੰਮ ਰਹਿ ਨਾ ਗਿਆ, ਬਾਅਦ ਯਾਦ ਕਰਦੇ ਸਨ ਲੇਕਿਨ ਸਾਲ ਹੀ ਤੇ ਮਗਰੋਂ ਥੋੜ੍ਹਾ ਜਿਹਾ ਜ਼ਿੰਦਾ ਰਹੇ ਨੇ। ਉਦੋਂ ਮਗਰੋਂ ਫਿਰ ਕਦੀ ਪਰਤ ਕੇ ਮਿਲੇ ਨਹੀਂ ਇੱਕ ਦੂਜੇ ਨੂੰ, ਇਹ ਸਾਲ ਕੁ ਜਿਉਂਦੇ ਰਹੇ ਸਨ ਪਰ ਇਹ ਫਿਰ ਮਿਲੇ ਨਹੀਂ ਇੱਕ ਦੂਜੇ ਨੂੰ ਭਰਾ ਜਿਹੜੇ ਨੇ? ਨਹੀਂ ਨਹੀਂ, ਮਿਲ ਕਿੱਥੋਂ ਲੈਣਾ ਸਨ, ਜਦੋਂ ਟੁਰ ਕੇ ਉੱਥੇ ਗਿਆ ਨੂੰ ਵਾਪਸ ਕੌਣ ਆਉਣ ਦਿੰਦਾ, ਜਾਂ ਇੱਥੇ ਜਿਹੜੇ ਨੇ ਇਹਨਾਂ ਨੂੰ ਕੌਣ ਫਿਰ ਜਾਣ ਦਿੰਦਾ? ਉਹ ਤਾਂ ਬਾਅਦ ਇਹ ਮੁਲਕੀ ਰਾਬਤੇ ਹੋਏ ਨੇ, ਬਾਅਦ ਹੌਲੀ ਹੌਲੀ ਰਸਤੇ ਬਣੇ ਨੇ ਹਕੂਮਤਾਂ ਦੇ ਉਦੋਂ ਦੀ, ਅਤੇ ਫਿਰ ਜਾਣਾ ਆਉਣਾ ਜਿਹੜਾ ਮਿਲਣਾ ਰਿਸ਼ਤੇ ਦਾ ਸ਼ੁਰੂ ਹੋ ਗਿਆ। ਸਾਡਾ ਵੀ ਵੇਖੋ ਕੋਈ ਪ੍ਰੋਗਰਾਮ ਹੈ, ਉਹਨਾਂ ਦਾ ਵੀ ਹੈ ਕੋਈ, ਵੇਖੋ ਕਿਸੇ ਉਹਨਾਂ ਦਾ ਆਉਣਾ ਕਿਸਮਤ ਤੋਂ ਜ਼ਿਆਦਾ ਸਾਡਾ ਹੁੰਦਾ ਇਹ ਨਹੀਂ ਪਤਾ। ਆਇਆ ਸੀ ਇੱਕ ਸਾਡਾ ਚਾਚੇ ਦਾ ਪੁੱਤਰ, ਹਾਂਜੀ, ਗੁਰਨਾਮ ਸਿੰਘ ਦਾ ਬੱਚਾ ਜਿਹੜਾ ਛੋਟਾ ਨਾ, ਉਹ ਇੱਥੇ ਹੁਣ ਵਾਹੀ ਕਰਦਾ, ਉੱਥੇ ਉਹ ਇੱਥੇ ਆਇਆ ਸੀ ਨਨਕਾਣੇ। ਅੱਛਾ, ਉੱਥੋਂ ਗੱਡੀ ਲੈ ਕੇ ਨਾ ਕਿਰਾਏ 'ਤੇ ਨਾਲ ਪੁਲਿਸ ਵਾਲਾ ਲੈ ਕੇ, ਉਹ 2-3 ਘੰਟੇ ਸਾਡੇ ਕੋਲ ਉੱਥੇ ਫਰੋ ਕੀ ਗੁਜ਼ਾਰ ਕੇ ਗਿਆ। ਅੱਛਾ, ਉਹ ਆਇਆ ਸੀ ਜਦੋਂ ਤੁਸੀਂ ਫਿਰ ਉਹਨੂੰ ਮਿਲੇ ਸਾਰਾ ਕੁਝ ਬੜਾ ਜੀ, ਫਿਰ ਆਖਰ ਖੂਨੀ ਤਲਕ ਅਤੇ ਹੁਣ ਵੀ ਆਵੇ, ਉਹ ਵੀ ਵਿਚਾਰੇ ਉੱਥੇ ਸਾਨੂੰ ਸਾਡਾ ਨਾਂ ਲੈ ਕੇ ਰੋਂਦੇ ਨੇ, ਉਹ ਸਾਨੂੰ ਵੀ ਵੇਖੋ ਜੀ, ਮਤਲਬ ਸਾਡਾ ਇਸਲਾਮ ਹੈ, ਉਹ ਮਤਲਬ ਸਿੱਖ ਨੇ, ਉਸ ਸਾਡਾ ਅਲੱਗ ਤੋਂ ਉਸ ਮਰਲ ਨਹੀਂ ਸਕਦਾ, ਲੇਕਿਨ ਖੂਨੀ ਤਲਕ ਤਾਂ ਨਹੀਂ ਛੁੱਟਦਾ, ਜ਼ਾਤ ਤੇ ਲਹੂ ਤਾਂ ਨਹੀਂ ਨਾ ਬਦਲ ਸਕਦਾ, ਕਿਆ ਲਹੂ ਨਾ, ਹਾਂਜੀ ਕਰਮ ਹੈ ਅੱਲਾ ਦਾ, ਉਹ ਤਾਂ ਹੈ। ਅਤੇ ਫਿਰ ਵਿੱਚ ਵਾਹਵਾ ਦੇਰ ਨਾ ਸਾਡੀ ਕੋਈ ਨਹੀਂ ਗੱਲਬਾਤ ਹੋਈ, ਫਿਰ ਹੁਣ ਵਾਹਵਾ ਕੁ ਸਾਲ ਤੋਂ ਹੋ ਪਏ ਨੇ, ਬੜੀ ਹਰ ਰੋਜ਼ ਹੀ ਸਾਡੀ ਦੂਜੇ ਤੀਜੇ ਦਿਨ ਉਹਦੇ ਸਭ ਬੱਚੀਆਂ ਬੱਚੇ ਸਾਡੇ ਮੇਰੇ ਉਹ ਪਤਰੀਏ ਚਾਚੇ ਦੇ ਪੁੱਤਰ ਸਾਰੇ ਹੁਣ ਤਾਂ ਬੜੇ ਰੋਂਦੇ ਨੇ, ਉਹ ਮੈਨੂੰ ਕਈ ਵਾਰੀ ਗੁਰਨਾਮ ਸਿੰਘ ਹੈ ਨਾ, ਉਹ ਮੈਨੂੰ ਆਉਂਦਾ ਹੁੰਦਾ ਕਦੀ ਸੂਫੀ ਸਾਹਿਬ ਮੈਂ ਆਵਾਂ ਨਾ ਉੱਥੇ ਤੁਹਾਨੂੰ ਮਿਲਾਂ, ਮੈਂ ਤੁਹਾਨੂੰ ਸਜਦੇ ਕਰਾਂ, ਅੱਜ ਤਾਂ ਇੰਨਾ ਕੁ ਸੜੇ ਨੇ, ਖੂਨੀ ਤਲਕ ਯਾਦ ਆਉਂਦਾ ਵਿਛੜੇ ਆ, ਬਿਲਕੁਲ ਜਿਉਂਦਿਆਂ ਰਲ ਬੈਠਿਆਂ ਤਾਂ ਸਭ ਕੁਝ ਹੁੰਦਾ। ਹਾਂਜੀ,
ਤੇ ਤੁਸੀਂ ਇਸ ਚੈਨਲ ਦੇ ਰਾਹੀਂ ਉਹਨਾਂ ਨੂੰ ਜੇ ਕੁਛ ਆਖਣਾ ਚਾਹੁੰਦੇ ਹੋ ਤੇ ਆਖ ਦਿਓ, ਕਿਉਂਕਿ ਤੁਹਾਡੀ ਇਹ ਵੀਡੀਓ ਉਹਨਾਂ ਨੇ ਵੇਖਣੀ ਹੈ। ਬਸ ਗੱਲ ਇਹੋ ਜੀ, ਉਹਨਾਂ ਨੂੰ ਮੇਰੇ ਜਿੰਨੇ ਵੀ ਨੇ ਲਵਾਇਕੇ ਨੂੰ ਉੱਥੇ, ਫੂਲਾ ਸਿੰਘ ਦੀ ਔਲਾਦ ਚਾਚੇ ਮੇਰੇ ਜੀ, ਜਾਂ ਕਿ ਮੂਲਾ ਹੈ ਆਪਣਾ ਕਰਮ ਸਿੰਘ ਦੀ ਔਲਾਦ, ਚਾਚੇ ਬਲਵੀਰ ਦੀ ਔਲਾਦ, ਸਾਰਿਆਂ ਨੂੰ ਮੇਰੀ ਤਰਫੋਂ ਇੱਕ ਤਾਂ ਸਲਾਮ ਹੈ ਜੀ, ਅਸਲਾਮ ਅਲੈਕਮ ਹੈ, ਅਤੇ ਮੇਰੇ ਵੱਲੋਂ ਉਹਨਾਂ ਵਾਸਤੇ ਦੁਆਈ ਨੇ, ਅੱਲਾ ਉਹਨਾਂ ਨੂੰ ਸ਼ਾਦ ਅਤੇ ਆਬਾਦ ਰੱਖੇ, ਅਤੇ ਜਦੋਂ ਉਹਨਾਂ ਨੂੰ ਸਲਾਮ ਦਾ ਮੇਰਾ ਮਿਲੇ ਆਸ ਕੇ ਮੇਰੀ ਦੁਆ ਸਲਾਮ ਨੂੰ ਗਲੇ ਲੈਣ ਅਤੇ ਮੇਰੇ ਵਾਸਤੇ ਦੁਆ ਕਰਨ। ਅੱਲਾ ਪਾਕ ਮੈਨੂੰ ਤੰਦਰੁਸਤੀ ਦੇ, ਅੱਲਾ ਉਹਨਾਂ ਨੂੰ ਸ਼ਾਦ ਅਤੇ ਆਬਾਦ ਰੱਖੇ। ਉਹਨਾਂ ਨੂੰ ਜ਼ਮੀਨ ਨਹੀਂ ਸੀ ਪੂਰੀ ਮਿਲੀ, ਹੁਣ ਉਹਨਾਂ ਨੇ ਕੇਸ ਕੀਤਾ ਪਰ ਯੂਪੀ 'ਚ, ਉੱਥੇ ਹੁਣ ਉਹ 85 ਕਿੱਲੇ ਰਕਬਾ ਇਹਨਾਂ ਤਰਵਾਂ ਘਰਾਂ ਨੂੰ, ਸਮਝੋ ਮਿਲ ਗਿਆ ਵੇ ਇੱਕ ਦੋ ਤਰੀਕਾਂ 'ਚ ਇਹਨਾਂ ਦੇ ਹੱਕ 'ਚ ਹੋ ਜਾਣਾ, ਵਿਚਾਰਿਆਂ ਨੂੰ ਜ਼ਮੀਨ ਨਹੀਂ ਸੀ ਪੂਰੀ ਲੱਭੀ, ਬੜੇ ਖੱਜਲ ਖਰਾਬੀਆਂ ਬੜਾ ਕੁਝ, ਹੁਣ ਅੱਲਾ ਦਾ ਕਰਮ ਠੀਕ ਨੇ। ਹੁਣ ਇੱਕ ਪੁੱਤਰ ਅਮਰੀਕਾ ਹੁੰਦਾ ਹੈ ਇਹਦਾ, ਮਤਲਬ ਗੁਰਨਾਮ ਸਿੰਘ ਦਾ, ਇੱਕ ਇੱਥੇ ਵਾਹੀ ਕਰਦਾ ਹੈ, ਦੋ ਹੀ ਪੁੱਤਰ। ਬੜੀ ਮਿਹਰਬਾਨੀ, ਤੁਹਾਡਾ ਆਉਣਾ ਸਾਡੇ ਵਾਸਤੇ ਬਹੁਤ ਹੀ ਬਾਇਸ ਮਸਾਲਾ ਤੇ, ਔਰ ਬੜੀ ਅਸੀਂ ਇੱਜ਼ਤ ਦਿੰਦੇ ਹਾਂ, ਸਾਡੇ ਕੋਲ ਚੱਲ ਕੇ ਆਇਓ, ਸਾਡੇ ਲੈ ਕੋ ਖਿਦਮਤ ਹੋਵੇ ਤੇ ਅਸੀਂ ਹਾਜ਼ਰ ਹਾਂ। ਮਿਹਰਬਾਨੀ।